ਤਾਂ ਜਿਹੜੇ ਚਸ਼ਮਦੀਦ ਸੀ ਜਿਹੜੇ ਉੱਥੇ ਮੱਕੀ ਦਾ ਚਾਰ ਵਗੈਰਾ ਬਣਾ ਰਹੇ ਸੀ ਜਾਂ ਕੰਬਾਈਨ 'ਤੇ ਕੰਮ ਕਰ ਰਹੇ ਸੀ, ਜੇ ਤੁਸੀਂ ਉਹਨਾਂ ਦੀਆਂ ਬਾਇਟਸ ਸੁਣੋਗੇ ਤਾਂ ਉਹਨਾਂ ਨੇ ਸਪਸ਼ਟ ਤੌਰ 'ਤੇ ਕਿਹਾ ਸੀਗਾ ਕਿ ਇਹ ਬੰਦੇ ਪਹਿਲਾਂ ਗੱਡੀ 'ਚ ਆਏ ਨੇ, ਇਹ ਬੰਦੇ ਗੱਡੀ 'ਚ ਆਏ। ਹੁਣ ਸਵਾਲ ਵੱਡਾ ਇਹ ਸੀਗਾ, ਕਿਸੇ ਨੇ ਦੋ ਦੱਸੀਆਂ ਕਿ ਇੱਕ ਤਾਂ ਕਰੋਲਾ ਸੀ ਅਤੇ ਇੱਕ ਸੀ ਥਾਰ। ਹੁਣ ਥਾਰ ਵੀ ਇਤਫਾਕਣ ਦੇਖੋ ਸਿੱਧੂ ਮੂਸੇ ਵਾਲਾ ਵੀ ਥਾਰ 'ਚ, ਹਾਂ ਇੱਥੇ ਵੀ ਥਾਰ ਦਾ ਜ਼ਿਕਰ ਆਇਆ, ਉੱਥੇ ਵੀ AK-47, ਇੱਥੇ ਵੀ AK-47, ਸਾਰਾ ਕੁਛ ਕਈ ਵਾਰ ਇਤਫਾਕਨ ਹੁੰਦਾ। ਤਾਂ ਦੇਖੋ ਹੁਣ ਇਹਦੇ ਵਿੱਚ ਮਸਲਾ ਇਹ ਸੀਗਾ ਕਿ ਥਾਰ ਆਖਰ ਗਈ ਕਿੱਥੇ। ਬਾਅਦ ਦੇ ਵਿੱਚ ਜਿਹੜੀ ਗੱਲ ਹੁਣ ਪੁਲਿਸ ਨੇ ਦੱਸੀ ਹੈ ਦੂਜੇ ਦਿਨ, ਖਾਸ ਤੌਰ 'ਤੇ ਜੇ ਤੁਸੀਂ ਦੇਖੋਗੇ ਤਾਂ ਇੱਕ PC ਕੀਤੀ ਆ ਮੁਖਵਿੰਦਰ ਸਿੰਘ ਨੇ, ਮੁਖਵਿੰਦਰ ਸਿੰਘ ਜਿਹੜੇ DCP ਹੈ ਜੀ, ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹਦੇ ਮੁਤਾਬਕ ਜਾਂ ਕੁਛ ਹੋਰ ਜਿਹੜੀਆਂ ਬਾਇਟਸ ਆਈਆਂ ਨੇ ਕਿ ਉਹ ਗੱਡੀ ਇਹਨਾਂ ਨੂੰ ਡਰੋਪ ਕਰਕੇ ਨਿਕਲ ਗਈ ਉੱਥੋਂ, ਮਤਲਬ ਕਿ ਉਸ ਘਰ ਦੇ ਵਿੱਚ ਇਹਨਾਂ ਨੂੰ ਛੱਡ ਕੇ ਉਹ ਗੱਡੀ ਵਾਪਸ ਹੋ ਗਈ। ਹੁਣ ਉਹ ਕਿਹੜੇ ਬੰਦੇ ਨੇ, ਕੁਛ ਅੰਦਾਜ਼ੇ ਲੱਗਦੇ ਆ ਕਿ ਜਿਹੜੇ ਦੋ ਫਰਾਰ ਮਾਝੇ ਦੇ ਹੋਰ ਜੱਗੂ ਭਗਵਾਨਪੁਰੀਏ ਦੇ ਖਾਸਮ ਖਾਸ ਬੰਦੇ ਆ, ਮਣੀ ਰਈਆ ਅਤੇ ਇੱਕ ਮੇਰੇ ਖਿਆਲ ਦੇ ਨਾਲ ਮਨਪ੍ਰੀਤ ਤੂਫਾਨ ਜੀ, ਸਮਝਿਆ ਜਾਂਦਾ ਕਿ ਇਹ ਉਹ ਸੀਗੇ। ਇਹਦਾ ਮਤਲਬ ਕੱਲ੍ਹ ਵੀ ਕਮੈਂਟ ਕਰ ਰਹੇ ਸੀ ਕਿ ਉਹਨਾਂ ਦਾ ਉਹ ਹੈ, ਮੈਂ ਤੁਹਾਨੂੰ ਦੱਸਿਆ ਸੀਗਾ ਇਲਾਕਾ ਉਹਨਾਂ ਦਾ, ਤਾਂ ਉਹ ਗੱਲਾਂ ਹੌਲੀ ਹੌਲੀ ਹੁਣ ਜੁੜਦੀਆਂ ਪਈਆਂ ਨੇ ਕਿਉਂਕਿ ਕੱਲ੍ਹ ਬਹੁਤ ਜਲਦੀ ਸੀ ਮੇਰੇ ਕੋਲ, ਜਿੰਨੇ ਕੁ ਜਵਾਬ ਸੀਗੇ ਮੈਂ ਤੁਹਾਨੂੰ ਦਿੱਤੇ, ਤਾਂ ਹੁਣ ਉਹ ਚੀਜ਼ਾਂ ਜੁੜਦੀਆਂ ਪਈਆਂ ਨੇ। ਜੇ ਸਮਝਿਆ ਜਾਂਦਾ ਕਿ ਜੇ ਉਹ ਗੱਡੀ 'ਚ ਛੱਡ ਕੇ ਗਏ ਨੇ ਤਾਂ ਫਿਰ ਇੱਥੇ ਇੱਕ ਸਵਾਲ ਹੋਰ ਉੱਠੇਗਾ ਕਿ ਇਹਦਾ ਮਤਲਬ ਕਿ ਇਸ ਘਰ ਦੀ ਜਿਹੜਾ ਇਹ ਸੁੰਝਾ ਪਿਆ ਸੀ ਘਰ, ਕਿ ਇਸ ਘਰ ਦੀ ਵਰਤੋਂ ਪਹਿਲਾਂ ਕਰ ਰਹੇ ਸਨ ਜੀ, ਜਾਂ ਉਹ ਨਹੀਂ ਸੀ ਕਰ ਰਹੇ ਪਰ ਦੂਜਿਆਂ ਨੂੰ ਪਤਾ ਸੀਗਾ ਕਿ ਉਹ ਘਰ ਸੁੰਝਾ ਹੈ। ਤਾਂ ਇਹਦਾ ਮਤਲਬ ਇਹੀ ਹੈ ਕਿ ਕੁਛ ਨਾ ਕੁਛ ਕਨੈਕਸ਼ਨ ਜਿਹੜਾ ਉਹ ਬਾਹਰੀ ਨਿਕਲੇਗਾ ਇਸ ਟਿਕਾਣੇ ਦਾ ਵੀ।